ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ? ਜੇ ਏਜੰਸੀਆਂ ਦਾ ਬੰਦਾ ਵੀ ਉਹਨਾਂ ਦੀ ਮੰਨ ਕੇ ਲਈਏ, ਜੇ ਵੀ ਏਜੰਸੀਆਂ ਦਾ ਬੰਦਾ ਕਹਿੰਦੇ ਆ ਤੇ ਏਜੰਸੀਆਂ ਦਾ ਮੰਨ ਲਿਆ, ਪਰ ਸਾਡੇ ਲਈ ਤਾਂ ਫਾਇਦਾ ਹੀ ਆ ਵੀ ਅਸੀਂ ਸਾਡੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਨ ਡਿਆ। ਜਿੰਨੇ ਲੋਕ ਅੰਮ੍ਰਿਤ ਛਕ ਰਹੇ ਇਹਦੇ 'ਚ ਫਾਇਦਾ ਹੀ, ਸਾਡਾ ਨੁਕਸਾਨ ਤਾਂ ਕੋਈ ਨਹੀਂ ਹੈ। ਉਹ ਮੁੰਡੇ ਸਿੱਖੀ ਵੱਲ ਜਾਣਗੇ, ਨਸ਼ੇ ਘੱਟਣਗੇ, ਇੱਥੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ? ਹੁਣ ਸਰਕਾਰਾਂ ਵੀ ਤਾਂ ਨਾਲ 20-20 ਗੱਡੀਆਂ ਲਈ ਫਿਰਦੀਆਂ ਹਥਿਆਰਾਂ ਦੀਆਂ, ਉਹ ਵੀ ਤਾਂ ਲਈ ਫਿਰਦੇ, ਉਹ ਵੀ ਹਥਿਆਰਾਂ ਦੀ ਨੁਮਾਇਸ਼ ਹੀ ਆ, ਉਹ ਕੀ ਆ? ਬਾਬਾ ਜੀ, ਜਿਹੜੇ ਨਸ਼ੇ ਆ ਇਹ ਸਰਕਾਰਾਂ ਦੇ ਆਪ ਵਿਕਾਉਂਦੀਆਂ ਨੇ, ਇਹ ਕਦੀ ਨਹੀਂ ਬੰਦ ਕਰਾ ਸਕਦੀਆਂ। ਖਾਲਸਾ ਵਹੀਰ ਦੇ ਚੌਥੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਜੱਥਾ ਮਹਿਤੇ ਪਹੁੰਚੇਗਾ, ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਖਾਲਸਾ ਵਹੀਰ ਪਹੁੰਚ ਚੁੱਕੀ ਹੈ। ਇਸ ਪਿੰਡ ਦੇ ਲੋਕਾਂ ਦੇ ਵੱਲੋਂ ਭਰਮਾ ਸਵਾਗਤ ਕੀਤਾ ਜਾਣਾ ਹੈ, ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਤੈਨਾਤ ਨੇ। ਇਸੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਵਹੀਰ ਇੱਥੇ ਪਹੁੰਚ ਚੁੱਕੀ ਹੈ। ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਨਜ਼ਰ ਆ ਰਿਹਾ ਹੈ, ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਬਾਹਰ ਲੋਕ ਮੌਜੂਦ ਨੇ, ਸਾਰੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਨੇ ਖਾਲਸਾ ਵਹੀਰ ਦੇ। ਅੱਜ ਚੌਥਾ ਦਿਨ ਹੈ ਖਾਲਸਾ ਵਹੀਰ ਦਾ, ਇਸੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਪ੍ਰਬੰਧਨ ਚਲਾਇਆ ਜਾ ਰਿਹਾ ਹੈ। ਅੱਗੇ ਅੱਗੇ ਪੁਲਿਸ ਦੀ ਕਾਰ ਜਾ ਰਹੀ ਹੈ ਜੋ ਕਿ ਰੋਡ ਦੇ ਉੱਪਰ ਪੂਰਾ ਧਿਆਨ ਰੱਖ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਦਿੱਕਤ ਨਾ ਆਵੇ, ਟ੍ਰੈਫਿਕ ਵੀ ਜਾਮ ਨਾ ਹੋਵੇ। ਇਸੇ ਦੇ ਨਾਲ ਨਾਲ ਖਾਲਸਾ ਵਹੀਰ ਵੀ ਨਿਰੰਤਰ ਚੱਲਦੀ ਰਹੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਖਾਲਸਾ ਵਹੀਰ ਪਹੁੰਚ ਚੁੱਕੀ ਹੈ ਇਸ ਪਿੰਡ ਦੇ ਵਿੱਚ, ਜਿਸ ਦਾ ਨਾਮ ਸੂਰੋ ਪੱਡਾ ਹੈ। ਇੱਥੇ ਪਹੁੰਚ ਚੁੱਕੀ ਹੈ, ਮਹਿਤੇ ਜਾਣੀ ਹੈ ਇਹ ਖਾਲਸਾ ਵਹੀਰ। ਇਸੇ ਦੇ ਨਾਲ ਤੁਸੀਂ ਤਸਵੀਰਾਂ ਵੇਖ ਰਹੇ ਹੋ ਖਾਲਸਾ ਵਹੀਰ ਦੀਆਂ। ਬਾਈ ਜੀ, ਕਿੰਨਾ ਕੁ ਉਤਸ਼ਾਹ ਹੈ ਖਾਲਸਾ ਵਹੀਰ ਨੂੰ ਲੈ ਕੇ? ਬਹੁਤ ਜੀ, ਸਾਨੂੰ ਤਾਂ ਬਹੁਤ ਵਧੀਆ ਲੱਗਾ ਜੀ। ਹਾਂਜੀ, ਕਦੋਂ ਤੋਂ ਤਿਆਰੀਆਂ ਕਰ ਰਹੇ ਸੀ, ਉਡੀਕ ਰਹੇ ਸੀ? ਸਵੇਰ ਤੋਂ? ਹਾਂਜੀ ਸਵੇਰ ਤੋਂ ਉਡੀਕਦੇ। ਬਾਈ ਜੀ, ਕਿਹੋ ਜਿਹਾ ਉਤਸ਼ਾਹ ਹੈ? ਵਧੀਆ, ਤੁਹਾਡੇ ਸਾਹਮਣੇ ਉਤਸ਼ਾਹ ਦਿਖਣ ਡਿਆ, ਸਾਰਾ ਵਧੀਆ ਚੱਲਣ ਡਿਆ, ਪੂਰਾ ਪਰਿਵਾਰ ਖੜੇ ਹੋ? ਹਾਂਜੀ। ਕਦੋਂ ਤੋਂ, ਸਵੇਰ ਤੋਂ ਹੀ ਉਡੀਕ ਕਰ ਰਹੇ ਸੀ? ਉੱਥੇ ਹੀ ਰਾਤੀ, ਉੱਥੇ ਹੀ ਬੋਇਆ ਵਾਲੇ, ਹੁਣ ਮਹਿਤੇ ਜਾਵਾਂਗੇ ਰਾਤ ਨੂੰ ਫਿਰ ਨਾਲ ਹੀ। ਮਹਿਤੇ ਰਾਤ ਨੂੰ ਦਰਸ਼ਨ ਕਰ? ਹਾਂਜੀ ਜ਼ਰੂਰ ਜਾਵਾਂਗੇ ਜੀ, ਜਾਣਾ ਪੈਣਾ। ਸੋ ਕਿਹੋ ਜਿਹਾ ਲੱਗ ਰਿਹਾ ਇਹ ਖਾਲਸਾ ਵਹੀਰ ਜੋ ਚੱਲੀ ਹੈ ਇਸ ਨੂੰ ਲੈ ਕੇ, ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਿਕਲਦੀਆਂ ਨੇ, ਪਰ ਇੱਕ ਪਾਸੇ ਖਾਲਸਾ ਵਹੀਰ ਚੱਲ ਰਹੀ ਹੈ, ਤੁਸੀਂ ਸਾਕਸ਼ਾਤ ਦਰਸ਼ਨ ਕਰ ਰਹੇ ਹੋ, ਤੁਹਾਡਾ ਅਨੁਭਵ ਕੀ ਕਹਿੰਦਾ ਕਿ ਕੀ ਚੱਲ ਕੀ ਰਿਹਾ? ਗੱਲਾਂ ਕਰਨ ਵਾਲਿਆਂ ਕਰੀ ਜਾਣੀਆਂ, ਵਾ ਸਾਡਾ ਧਰਮ ਸਿੱਖ ਕੌਮ ਸਿੱਖੀ ਪ੍ਰਚਾਰ ਵੱਲ ਵਧੇ, ਇਹ ਤੋਂ ਵਧੀਆ ਹੋਰ ਕੀ ਹੋ ਸਕਦਾ? ਹੁਣ ਕਿੰਨੇ ਲੋਕ ਅੰਮ੍ਰਿਤ ਛਕ ਰਹੇ, ਇਹਦੇ 'ਚ ਫਾਇਦਾ ਹੀ, ਸਾਡਾ ਨੁਕਸਾਨ ਤਾਂ ਕੋਈ ਨਹੀਂ ਹੈ। ਹੁਣ ਹੋ ਸਕਦਾ ਕੱਲ੍ਹ ਨੂੰ ਸਾਡੇ ਮਨ ਮੇਰ ਪਏ ਅਸੀਂ ਵੀ ਅੰਮ੍ਰਿਤ ਛਕਾਂਗੇ, ਗੁਰੂ ਦੇ ਲੜ ਲੱਗਾਂਗੇ, ਇਹ 'ਚ ਗਲਤ ਗੱਲ ਤਾਂ ਕੋਈ ਨਹੀਂ ਹੈ। ਬਾਕੀ ਲੀਡਰਾਂ ਨੇ ਤਾਂ ਬੋਲੀ ਜਾਣਾ ਵਾ, ਰਾਜਨੀਤਿਕ ਬੰਦੇ ਨੇ ਬੋਲਣਾ ਹੀ ਬੋਲਣਾ, ਉਹਨਾਂ ਦੀ ਸੋਚ ਆਪਣੀ ਜਗ੍ਹਾ ਵਾ, ਇਹ ਸੋਚ ਆਪਣੀ ਜਗ੍ਹਾ। ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ? ਚੱਲ ਜੇ ਏਜੰਸੀਆਂ ਦਾ ਬੰਦਾ ਵੀ ਉਹਨਾਂ ਦੀ ਮੰਨ ਕੇ ਲਈਏ, ਜੇ ਵੀ ਏਜੰਸੀਆਂ ਦਾ ਬੰਦਾ ਕਹਿੰਦੇ ਆ ਤੇ ਏਜੰਸੀਆਂ ਦਾ ਮੰਨ ਲਿਆ, ਪਰ ਸਾਡੇ ਲਈ ਤਾਂ ਫਾਇਦਾ ਹੀ ਆ ਵੀ ਅਸੀਂ ਸਾਡੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਨ ਡਿਆ, ਸਾਡੀ ਕੌਮ ਦਾ ਤਾਂ ਫਾਇਦਾ ਹੀ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਜੇ ਏਜੰਸੀਆਂ ਦਾ ਵੀ ਕਹਿੰਦੇ, ਭਾਵੇਂ ਏਜੰਸੀਆਂ ਦਾ ਕਹੀ ਜਾਣ, ਪਰ ਲੋਕਾਂ ਨੂੰ ਸਿੱਖੀ ਦੇ ਨਾਲ ਤਾਂ ਜੋੜ ਰਿਹਾ ਨਾ। ਹੁਣ ਕੋਈ ਮੁੰਡੇ ਸਿੱਖੀ ਵੱਲ ਜਾਣਗੇ, ਨਸ਼ੇ ਘੱਟਣਗੇ, ਇੱਥੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ? ਬਾਕੀ ਜੇ ਸਰਕਾਰਾਂ ਫੇਲ ਆ ਤਾਂ ਫੇਲ ਹੀ ਅੰਮ੍ਰਿਤਪਾਲ ਵਰਗੇ ਬੰਦੇ ਉੱਠਦੇ। ਪਰ ਸਰਕਾਰਾਂ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੀਆਂ ਨੇ ਕਿ ਹਥਿਆਰਾਂ ਦੀ ਨੁਮਾਇਸ਼ ਹੋ ਰਹੀ ਹੈ, ਵੱਖ ਵੱਖ ਤਰ੍ਹਾਂ ਦੇ ਭੜਕਾਊ ਬਿਆਨ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਕੀ ਕਹੋਗੇ? ਹੁਣ ਸਰਕਾਰਾਂ ਵੀ ਤਾਂ ਨਾਲ 20-20 ਗੱਡੀਆਂ ਲਈ ਫਿਰਦੀਆਂ ਹਥਿਆਰਾਂ ਦੀਆਂ, ਉਹ ਵੀ ਤਾਂ ਲਈ ਫਿਰਦੇ, ਉਹ ਵੀ ਹਥਿਆਰਾਂ ਦੀ ਨੁਮਾਇਸ਼ ਹੀ ਆ, ਉਹ ਕੀ ਆ? ਹੁਣ ਹਰ ਇੱਕ ਪੁਲਿਸ ਵਾਲੇ ਕੋਲ ਹਥਿਆਰ ਹੀ, ਉਹ ਨੁਮਾਇਸ਼ ਨਹੀਂ ਤਾਂ ਉਹ ਫਿਰ ਕੀ? ਇਹ ਸਿਰਫ ਆਮ ਲੋਕਾਂ ਲਈ, ਵੀ ਆਮ ਲੋਕ ਹੀ ਨੁਮਾਇਸ਼ ਕਰਦੇ ਆ। ਧੰਨਵਾਦ ਬਹੁਤ। ਸੋ ਖਾਲਸਾ ਵਹੀਰ ਪਹੁੰਚ ਚੁੱਕੀ ਹੈ, ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਅਤੇ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਲੋਕ ਨਤਮਸਤਕ ਹੋ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਤੁਸੀਂ ਵੇਖ ਰਹੇ ਹੋ, ਠਾਠਾ ਮਾਰਦਾ ਇਕੱਠ ਸਵਾਗਤ ਕਰ ਰਿਹਾ ਹੈ ਖਾਲਸਾ ਵਹੀਰ ਦਾ। ਇਹ ਅਲੌਕਿਕ ਤਸਵੀਰਾਂ ਤੁਸੀਂ ਦੇਖ ਰਹੇ ਹੋ।
खालसा वहीर दियां अलौकिक तस्वीरां तुसी वेख रहे हो इत्थे मौजूद बजुर्गां दे नाल गलबात करन दी। बजुर्गों के कहो जिहा उत्साह है खालसा वहीर? बहुत वधिया जी, बहुत वधिया। कदों तों उडीक रहे सी? सवेर तों उडीक रहे आ। हाँ जी, दर्शन हो गए ने, हुण किहो जिहे भाव ने मन? वधिया वधिया जी, वधिया। खुशी हो रही है? हाँ जी हाँ जी। उपराला किहो जिहा लगदा अमृतपाल सिंह दा? वधिया जी। हाँ जी जी, की कहना चाहोगे? ਸਾਨੂੰ ਬਹੁਤ ਵਧੀਆ ਲੱਗਾ ਭਾਅ ਜੀ। ਹਾਂ ਬਹੁਤ। ਦਰਸ਼ਨ ਕੀਤੇ ਨੇ, ਕੀ ਭਾਵ ਨੇ ਤੁਹਾਡੇ ਇਸ ਸਮੇਂ? ਅਸੀਂ ਆਹਨੇ ਸਾਡਾ ਸਰਬੱਤ ਦਾ ਭਲਾ ਹੋਵੇ। ਹਾਂਜੀ ਹਾਂ। ਅੰਮ੍ਰਿਤਪਾਲ ਸਿੰਘ ਜੀ ਵੱਲੋਂ ਜਿਹੜੀ ਇਹ ਵਹੀਰ ਚਲਾਈ ਗਈ ਹੈ, ਇਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ? ਕਿਉਂਕਿ ਸਰਕਾਰਾਂ ਵੱਖ ਵੱਖ ਤਰ੍ਹਾਂ ਦੇ ਇਲਜ਼ਾਮ ਲਗਾਉਂਦੀਆਂ ਨੇ ਕਿ ਇਸ ਤਰ੍ਹਾਂ ਬੱਚੇ ਵਧੀਆ ਰਹਿਣ। ਹਾਂਜੀ ਹਾਂ, ਇਹੋ ਚਾਹੁੰਦੇ ਜੀ। ਨਸ਼ਿਆਂ ਨੂੰ ਜੋ ਠੱਲ ਪੈ ਰਹੀ ਹੈ ਲਗਾਤਾਰ, ਅੰਮ੍ਰਿਤ ਛੱਕ ਰਹੇ ਨੇ ਨੌਜਵਾਨ, ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਅਸੀਂ ਇਹੋ ਆਨੇ ਹਟ ਜਾਣ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਵਹੀਰ ਚੱਲਦੀ ਹੋਈ ਜਾ ਰਹੀ ਹੈ, ਅੱਗੇ ਵੱਲ ਵੱਧ ਰਹੀ ਹੈ। ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਖਾਲਸਾ ਵਹੀਰ ਦੇ ਚੌਥੇ ਦਿਨ ਦਾ ਪੜਾਅ ਚੱਲ ਰਿਹਾ ਹੈ ਇਹ ਤਸਵੀਰਾਂ। ਸੰਗਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਮੁਲਾਕਾਤ ਕਰ ਰਹੀਆਂ ਨੇ, ਇਸ ਸਮੇਂ ਦਰਸ਼ਨ ਦਿਦਾਰੇ ਕੀਤੇ ਜਾ ਰਹੇ ਨੇ, ਗੁਰੂ ਸਾਹਿਬ ਦੀ ਪਾਲਕੀ ਦੇ ਵੀ ਨਤਮਸਤਕ ਹੋ ਰਹੇ ਨੇ ਗੁਰੂ ਸਾਹਿਬ ਦੀ ਪਾਲਕੀ ਦੇ ਅੱਗੇ। ਸੋ ਇਹ ਤਸਵੀਰਾਂ ਤੁਸੀਂ ਦਾ ਟੀ ਵੀ NRI ਦੇ ਉੱਪਰ ਐਕਸਕਲੂਸਿਵ ਵੇਖ ਰਹੇ ਹੋ। ਖਾਲਸਾ ਵਹੀਰ ਦਾ ਅੱਜ ਚੌਥਾ ਦਿਨ ਹੈ, ਮਹਿਤਾ ਅੱਜ ਮਹਿਤਾ ਵਿਖੇ ਪੜਾਵ ਹੋਏਗਾ। ਖਾਲਸਾ ਵਹੀਰ ਦੀਆਂ ਐਕਸਕਲੂਸਿਵ ਤਸਵੀਰਾਂ ਨੇ, ਅੱਜ ਚੌਥਾ ਦਿਨ ਹੈ ਖਾਲਸਾ ਵਹੀਰ ਦਾ। ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ, ਸੰਗਤਾਂ ਸਵਾਗਤ ਕਰ ਰਹੀਆਂ ਨੇ, ਨਤਮਸਤਕ ਹੋ ਰਹੀਆਂ ਨੇ ਅਤੇ ਸ਼ਲਾਘਾ ਕਰ ਰਹੀਆਂ ਨੇ ਇਸ ਉਪਰਾਲੇ ਦੀਆਂ। ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਪੋਲੀਟੀਸ਼ੀਅਨਾਂ ਦਾ ਕੰਮ ਬੋਲਣਾ ਹੈ, ਸਿਆਸਤਦਾਨਾਂ ਦਾ ਕੰਮ ਟਿੱਪਣੀ ਕਰਨਾ, ਅਸੀਂ ਉਸ ਦੇ ਉੱਪਰ ਨਹੀਂ ਜਾਂਦੇ, ਜੋ ਕੁਝ ਸਾਖਸ਼ਾਤ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਉਹੀ ਸੱਚ ਹੈ। ਸੋ ਨੌਜਵਾਨ, ਬਜ਼ੁਰਗ, ਬੱਚੇ, ਹਰ ਕੋਈ ਉਤਸ਼ਾਹਿਤ ਹੈ ਖਾਲਸਾ ਵਹੀਰ ਨੂੰ ਲੈ ਕੇ। ਚੌਥਾ ਦਿਨ ਦਾ ਅੱਜ ਇਹ ਪੜਾਅ ਚੱਲ ਰਿਹਾ ਹੈ ਲਗਾਤਾਰ, ਅੱਜ ਮਹਿਤੇ ਵਿਖੇ ਪੜਾਅ ਲੱਗਣਾ ਅਤੇ ਕੁਝ ਹੀ ਦੂਰੀ 'ਤੇ ਮਹਿਤਾ ਹੈ, ਉੱਥੇ ਪਹੁੰਚ ਕੇ ਪੜਾਅ ਲੱਗਣਾ ਅਤੇ ਉੱਥੇ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸ਼ਾਮ ਨੂੰ ਮਹਿਤੇ ਵੀ ਜਾਣਗੇ, ਦਰਸ਼ਨ ਦਿਦਾਰੇ ਕਰਨਗੇ। ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਸੰਗਤਾਂ ਦੇ ਵਿੱਚ। ਸੋ ਇੱਥੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਪਾਲਕੀ ਸਾਹਿਬ ਦੇ, ਆਪਣਾ ਜੀਵਨ ਸਫਲਾ ਕਰ ਰਹੇ ਨੇ। ਖਾਲਸਾ ਵਹੀਰ ਲਗਾਤਾਰ ਆਪਣੇ ਪੜਾਅ ਦੇ ਵੱਲ ਵੱਧ ਰਹੀ ਹੈ, ਸੰਗਤਾਂ ਦੇ ਵਿੱਚ ਉਤਸ਼ਾਹ ਹੈ। ਉੱਥੇ ਹੀ ਮੋਹਰੇ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਵੀ ਜਾਮ ਨਾ ਹੋਣ ਤੋਂ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਲਗਾਤਾਰ ਟ੍ਰੈਫਿਕ ਵੀ ਨਿਰੰਤਰ ਚੱਲ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ, ਇਸ ਕਰਕੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਸੋ ਇਹ ਤਸਵੀਰਾਂ ਵੇਖ ਰਹੇ ਹੋ ਤੁਸੀਂ, ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਸੰਗਤਾਂ। ਮਾਤਾ ਜੀ, ਕਿਹੋ ਜਿਹਾ ਉਤਸ਼ਾਹ ਹੈ ਖਾਲਸਾ ਵਹੀਰ ਨੂੰ ਲੈ ਕੇ? ਬਹੁਤ ਚੰਗਾ, ਬਹੁਤ ਬਹੁਤ ਵਧੀਆ। ਸੋ ਸਭ ਤੋਂ ਅੱਗੇ ਨਗਾਰਾ ਸਾਹਿਬ ਵੀ ਚੱਲ ਰਹੇ ਨੇ, ਲਗਾਤਾਰ ਨਗਾਰਾ ਵੱਜ ਰਿਹਾ ਹੈ ਅਤੇ ਗੁਰੂ ਸਾਹਿਬ ਦੀ ਸਰਪ੍ਰਸਤੀ ਦੇ ਹੇਠ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਗਾਤਾਰ ਅੱਗੇ ਵੱਲ ਵੱਧ ਰਿਹਾ ਹੈ ਇਹ ਪੜਾ। ਇਹ ਲੌਕਿਕ ਦ੍ਰਿਸ਼ ਨੇ ਤੁਸੀਂ ਵੇਖ ਰਹੇ ਹੋ ਸਿਰਫ ਅਤੇ ਸਿਰਫ ਦਾ ਟੀ ਵੀ NRI ਦੇ ਉੱਪਰ। ਲਗਾਤਾਰ ਤੁਸੀਂ ਦਾ ਟੀ ਵੀ NRI ਦੇ ਨਾਲ ਜੁੜੇ ਰਹਿਣਾ, ਅਸੀਂ ਅਜਿਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਲਗਾਤਾਰ ਖਾਲਸਾ ਵਹੀਰ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਰਹਾਂਗੇ। ਇਸ ਪਿੰਡ ਦੇ ਲੋਕ ਮਿਲ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ, ਰੂਬਰੂ ਹੋ ਰਹੇ ਨੇ ਅਤੇ ਇਸੇ ਦੇ ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਭਾਈ ਅੰਮ੍ਰਿਤਪਾਲ ਸਿੰਘ ਗੱਡੀ 'ਚੋਂ ਬਾਹਰ ਆ ਕੇ, ਸਨਰੂਫ ਤੋਂ ਬਾਹਰ ਆ ਕੇ ਦਰਸ਼ਨ ਦਿਦਾਰੇ ਦੇ ਰਹੇ ਨੇ ਸੰਗਤਾਂ ਨੂੰ।
ये लौकिक खूबसूरत तस्वीरां ने, ये तस्वीरां तुसी वेख रहे हो सिर्फ ते सिर्फ द टीवी NRI दे उपर। फुल्लां दी बरखा हो रही है, इत्थे संगतां दे वलों फुल्लां दी बरखा कीती जा रही है, नाल दी नाल अग्गे दे वल संगतां वध रहियां ने, लगातार पड़ा तुरदा चल रहा है, अग्गे दे वल वध रहा है। हाँ जी हाँ जी, तुसीं दर्शन कर रहे हो खालसा वहीर दे, खालसा वहीर दे इस जत्थे नूं अज चौथा दिन हो गया, महते विखे अज पड़ा लगना है, उत्थे भी संगतां दा वड्डा इकट्ठ मौजूद रहेगा, स्वागत करन दे लई तैयारी की जा रही है, उत्थे भी पूरी तरह दे नाल जोश है, संगत दे विच उत्साह है खालसा वहीर नूं लैके। सो ये तस्वीरां तुहानूं द टीवी NRI दे उपर एक्सकलूसिव विखा रहे हैं, तुसीं जुड़े रहो द टीवी NRI दे नाल। हुण अगे दे वल पड़ा वध रहा है, पिंड वालियां दे वलों पिंड दी संगत दे वलों दर्शन किए गए पालकी साहिब दे, उत्थे ही खुद निजी तौर पर हर कोई मिलिया भाई अमृतपाल सिंह जी नूं, ते इसे दे नाल हुण पड़ा अगे वल वधदा होया नज़र आ रहा है। जकारियां दी गूंज तुसीं सुन सकते हो, जकारे लगाए जा रहे ने, उत्साह है संगत दे विच। जदों नौजवानां दे नाल गल करदे आ, भाई साहब कहो जिहा उत्साह है? बहुत वधिया, चढ़दी कला जी, भाई साहब बहुत वधिया कर रहे ने, भाई साहब दा वधिया कर रहे ने, पर सरकारां जो कहिंदियां ने इल्जाम तराशी हुंदी है, उन्हां नूं किवें वेखदे हो? बाबा जी जिहड़ा भगवंत मान आ, बादल आ, मजिठी होणी है, सारे ये सब ये पॉलिटिशियन्स इन्ने गंदे ने, बंदे नूं पॉलिटिशियन वे पॉलिटिक्स विच आउणा नहीं चाहिए, जे बंदा पॉलिटिक्स विच आउंदा भी आ तो उन्हूं अपना किरदार इन्ना साफ रखना चाहिए, जिहड़ी कौम ने खड़ा कीता उहदी उन्हां नूं लाज रखनी चाहिए आ। सवाल होर पुछना चाहूँगा, नशियां नूं, नशियां दे बारे भाई अमृतपाल सिंह जी जो बयान दिंदे ने, जो कहिंदे ने, उस नूं किवें वेखदे हो, क्योंकि नशे ठल्लण दी सरकारां भी कोशिश करदियां रहियां ने। बाबा जी जिहड़े नशे आ ये सरकारां दे आप वेख आउंदियां ने, ये कदी नहीं बंद करा सकदियां, बाकी महाराज जी आ सुख रखे सारिया दे, अहीं दे महाराज ने सारे नशे सानू दूर कराए, अहीं कदी नहीं लगे ना सिंह लगा ना मैं, अहीं अपने आप नू बड़ा वडभागा समझदे हां कि महाराज ने सार साडे उत्ते हाथ रख्या, ते सारिआं दे मेहर भरिआ हाथ रखो, दूर रहो नशिआं तों, चढ़दी कला च रहो। वेखो महाराज की करदे, भाई साहब ने शुरू कीता उपराला, ते अहीं दुआ करदे खुदा गाड़ी की सच्चे पातशाह चढ़दी कला च रखण भाई अमृतपाल सिंह नूं। धन्नवाद बहुत बहुत। सो इह संगतां दे तुसीं विचार जाणे ने, उहनां दा कहिणा है कि सरकारां दा जो कम्म हुंदा है उह अपना कर रहीआं ने, ते भाई अमृतपाल सिंह जी दे काम दी शलाघा करदे हुए नज़र आ रहे ने। खालसा वहीर दे तुसी दर्शन कर रहे हो, अज चौथा दिन है खालसा वहीर दा, लगातार अपने पड़ा दे वल संगतां वध रहियां ने, पालकी साहिब दे दर्शन कर रहियां ने वख-वख पिंडां दे विच संगतां, जिथे जिथे खालसा वहीर पहुँच रही है, अज चौथे दिन दे विच ये शामिल हो गया है, लगातार संगतां नाल नाल चल रहियां ने, जकारियां दी गूंज भी तुसी सुनी के किस तरह जकारियां दी गूंज जो बोले सोनेहाल दे जकारे लग रहे सन। सो संगतां दे विच भारी उत्साह वेखण नूं मिल रहा है। मैं चाहूँगा कि मेरे दोस्त कैमरामैन एक बार पिछे दिखाउण के किन्नी दूर तक संगतां नाल नाल चल रहियां ने, हर तरह ट्रैक्टर कार हर तरह के प्रबंधां दे नाल 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 चल रहियां ने, खालसा वहीर दे लगातार खालसा वहीर अपने पड़ा दे वल वध रही है।